आगरे ने, चंडीगढ़, दिल्ली, बंबे तो भी मंगवाए गए ने। 14-15 किस्म दियां जिहड़ियां इहदे च किस्मां ने जिहड़ियां भी ये लग रहियां ने। ये गुरु नानक लाम लेवा संगत जो यदि सेवा कर रही ने, तो अं उन्होंने कभी रिफ गुरु नानक लाम लेवा संगत कभी कीमत नहीं पूछी भी तुम किन्ने दे लाने लगे जी। वो साढ़े वालों लख दे ला दें, साढ़े वालों 10 दे ला दें। देव जी का कार्य अपना है, वो तो जगत को उतारने वाला, जगत के कार्य करने वाला। तो गुरु नानक जी का अपना कार्य, उन्हें अपना कार्य आप ही सवारना है। तो जी मीह की करवट, मौसम ने करवट लिया, ये कोई ज़्यादा जो कोई फर्क नहीं पाया, क्योंकि धन श्री गुरु ग्रंथ साहिब जी छत्र छाया और पांच प्यारों की अगवाई के जरा 21 तरीक न सुबह 6 बजे गुरद्वारा बेर साहब तो आरंभ होएगा। और ये पड़ा दर पड़ा ਹੁੰਦਾ ਆ, ਜਿਵੇਂ ਤਲਵੰਡੀ ਚੌਧਰੀਆਂ ਉੱਚਾ, ਉੱਚੇ ਤੋਂ ਢਿਲਵਾਂ, ਢਿਲਵਾਂ ਤੋਂ ਬਿਆਸ, ਬਿਆਸ ਤੋਂ ਬਾਬਾ ਬਕਾਲਾ ਸਾਹਿਬ, ਮਹਿਤਾ ਸਾਹਿਬ। ਔਰ ਸ਼ਾਮ ਨੂੰ ਇਹ ਜਿਹੜਾ ਹੈ ਇਹਦੀ ਸਮਾਪਤੀ ਜਿਹੜੀ ਹੈ ਉਹ ਗੁਰਦੁਆਰਾ ਸਤਿ ਕਰਤਾਰੀਆ ਬਟਾਲੇ ਵਿਖੇ ਜਿਹੜੀ ਉਹ ਹੋਵੇਗੀ। ਜਗਤ ਜਲੰਧਰ ਦੇ ਤਾਰਨਹਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ सुलखनी देवी जी के विआह पुरब नूं हुण कुछ ही समा बचा है, तो उस तो पहला मैं उस मुकद्दस स्थान के उत्ते मौजूद हाँ जिथे साहिब श्री गुरु नानक देव जी ने अपने जीवन के 14 साल 9 महीने 13 दिन का समा बतीत किया है। ये वो इतिहासिक गुरद्वारा श्री गुरु बेर साहिब है जिथे श्री गुरु नानक देव जी ने अपने जीवन का एक लंबा समा बतीत किया सी। और उस तो पहला इस विआह पुरब तो पहला दीआं तैयारियां की ने, आओ तुहानूं तैयारियां दीआं जिहड़ियां तस्वीरां दिखाउण जा रहे हैं। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਰੰਗ ਬਿਰੰਗੇ ਫੁੱਲਾਂ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਨੂੰ ਸਜਾਇਆ ਗਿਆ ਹੈ। ਔਰ ਸੰਗਤਾਂ ਜਦੋਂ ਇੱਥੇ ਨਤਮਸਤਕ ਹੋਣ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਦਾ ਨਜ਼ਾਰਾ ਜਿਹੜਾ ਹੁੰਦਾ ਹੈ ਉਹ ਵੱਖਰਾ ਹੀ ਦੇਖਣ ਵਾਲਾ ਬਣਦਾ ਹੈ, ਕਿਉਂਕਿ ਇਸ ਗੁਰਦੁਆਰਾ ਸਾਹਿਬ ਦੀ ਮਾਨਤਾ ਇਸ ਕਦਰ ਹੈ ਕਿ ਲੋਕ ਇੱਥੇ ਆ ਕੇ ਨਤਮਸਤਕ ਹੁੰਦੇ ਨੇ, ਆਪਣਾ ਸਜਦਾ ਕਰਦੇ ਨੇ, ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ। ਔਰ ਇਸ ਦੇ ਨਾਲ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਾਂਗੇ ਕਿ ਇਸ ਵਾਰ ਦੇ ਜਿਹੜੇ ਵਿਆਹ ਪੁਰਬ ਦੇ ਸਮਾਗਮ ਕਿਸ ਤਰ੍ਹਾਂ ਦੇ ਰਹਿਣ ਵਾਲੇ ਨੇ। ਮੇਰੇ ਨਾਲ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਬੂਲੇ ਮੌਜੂਦ ਨੇ, ਔਰ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿ ਮੈਨੇਜਰ ਸਾਹਿਬ ਇਸ ਵਾਰ ਦੇ ਜਿਹੜੇ ਸਮਾਗਮਾਂ ਦੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਗਏ ਨੇ। ਅਸੀਂ ਕਿਸੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਗਤ ਗੁਰੂ ਜੋ ਜਗਤ ਨੂੰ ਉਤਾਰਨ ਵਾਲੇ ਆ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਜੋ ਵਿਆਹ ਪੂਰਵ ਜਿਹੜਾ 22 ਸਤੰਬਰ ਨੂੰ ਬੜੇ ਧੂਮਧਾਮ ਨਾਲ ਵੱਡੇ ਪੱਧਰ 'ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸੰਸਾਰ ਪੱਧਰ 'ਤੇ ਮਨਾ ਰਹੀਆਂ ਨੇ, ਉਹਨਾਂ ਦੇ ਸਮਰਪਿਤ ਨਗਰ ਕੀਰਤਨ ਇੱਕ ਜਿਹੜਾ ਉਹ 21 ਸਤੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਕਰਕੇ ਔਰ ਉਹ ਬਟਾਲੇ ਦੀ ਧਰਤੀ 'ਤੇ ਜਿੱਥੇ ਮਾਤਾ ਸੁਲੱਖਣੀ ਜੀ ਦਾ ਪੇਕਾ ਘਰ ਹੈ ਉੱਥੇ ਜਾ ਕੇ ਸਮਾਪਤ ਹੋਏਗਾ। ਇਹ ਨਗਰ ਕੀਰਤਨ ਨੂੰ ਸਮਰਪਿਤ, ਵਿਆਹ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਜਿਹੜੀਆਂ ਉਹ ਬੜੇ ਵੱਡੇ ਪੱਧਰ 'ਤੇ ਜਿਹੜੀਆਂ ਉਹ ਤਿਆਰੀਆਂ ਕੀਤੀਆਂ ਜਾ ਰਹੀਆਂ, ਜਿਵੇਂ ਕਿ ਡੈਕੋਰੇਸ਼ਨ ਦੀ ਤੁਸੀਂ ਵੇਖ ਰਹੇ, ਡੈਕੋਰੇਸ਼ਨ ਦੀ ਬਹੁਤ ਵੱਡੇ ਪੱਧਰ 'ਤੇ ਜਿਹੜੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਇਹ ਡੈਕੋਰੇਸ਼ਨ ਹੀ ਜਿਹੜੀ ਇਹ ਸਾਰੀ ਇਹ ਕਰਾ ਰਹੀਆਂ ਨੇ ਅੰਦਰ ਵੀ ਔਰ ਬਾਹਰ ਵੀ। ਇਹ ਡੈਕੋਰੇਸ਼ਨ ਤਕਰੀਬਨ ਹੈ ਜਿਹੜਾ ਇਹ ਜਿਹੜੇ ਫੁੱਲ ਲੱਗ ਰਹੇ ਨੇ ਚੰਡੀਗੜ੍ਹ, ਦਿੱਲੀ, ਬੰਬੇ ਤੋਂ ਵੀ ਮੰਗਵਾਏ ਗਏ ਨੇ। 14-15 ਕਿਸਮ ਦੀਆਂ ਜਿਹੜੀਆਂ ਇਹਦੇ 'ਚ ਕਿਸਮਾਂ ਨੇ ਜਿਹੜੀਆਂ ਵੀ ਇਹ ਲੱਗ ਰਹੀਆਂ ਨੇ, ਇਸ ਕਰਕੇ ਇਹ ਬੜੀ ਦੂਰ ਦੂਰ ਤੋਂ ਫੁੱਲ ਲਿਆ ਕੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਸੁਲਤਾਨਪੁਰ ਲੋਧੀ ਦੀਆਂ ਸੇਵਾ ਕਰਾ ਰਹੀਆਂ ਇਹਦੀ, ਇਸ ਕਰਕੇ ਇਹਨਾਂ ਦੀ ਤਿਆਰੀ ਹੈ ਜਿਹੜੀ ਤਕਰੀਬਨ ਅੱਜ ਜਿਹੜੀ ਤਿਆਰੀ ਹੈ ਸਾਡੀ ਉਹ ਮੁਕੰਮਲ ਹੋਣ ਵਾਲੀ ਹੈ। ਇਹ ਕੱਲ੍ਹ 20 ਤਰੀਕ ਤੱਕ ਜਿਹੜੀ ਹੈ, ਕੱਲ੍ਹ 3-4 ਵਜੇ ਤੱਕ ਜਿਹੜੀ ਇਹ ਤਿਆਰੀ ਹੈ ਬਿਲਕੁਲ ਮੁਕੰਮਲ ਹੋ ਜਾਏਗੀ। ਔਰ ਕੱਲ੍ਹ 20 ਤਰੀਕ ਨੂੰ ਸ਼ਾਮ ਨੂੰ ਭਾਈ ਮਰਦਾਨਾ ਜੀ ਦੀਵਾਨ ਹਾਲ ਦੇ ਵਿੱਚ ਜਿਹੜਾ ਉਹ ਧਾਰਮਿਕ ਸਮਾਗਮ ਹੈ ਜਿਹੜੇ ਉਹ ਸਜਣਗੇ, ਉੱਥੇ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਨੇ ਜਿਹੜੇ ਨੇ ਉਹ ਆਪਣੀ ਕਥਾ ਦੁਆਰਾ
ਸੰਗਤਾਂ ਨੂੰ ਨਿਹਾਲ ਕਰਨਾ। ਔਰ ਮੈਂ ਸਭ ਇੱਕ ਚੀਜ਼ ਦੇਖ ਰਿਹਾ ਕਿ ਸਵੇਰ ਤੋਂ ਜਿਹੜਾ ਮੌਸਮ ਨੇ ਆਪਣੀ ਕਰਵਟ ਬਦਲੀ ਹੈ, ਬਹੁਤ ਜ਼ਿਆਦਾ ਬਾਰਿਸ਼ ਹੋਈ ਆ, ਪਰ ਫਿਰ ਵੀ ਸੰਗਤਾਂ ਜਿਹੜੀਆਂ ਉਹ ਲਗਾਤਾਰ ਨਤਮਸਤਕ ਹੋ ਰਹੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪੂਰੀ ਸ਼ਰਧਾ ਭਾਵਨਾ ਦੇ ਨਾਲ। ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਗੁਰੂ ਨਾਨਕ ਦੇਵ ਜੀ ਦਾ ਕਾਰਜ ਆਪਣਾ ਹੈ, ਉਹ ਤਾਂ ਜਗਤ ਨੂੰ ਉਤਾਰਨ ਵਾਲਾ, ਜਗਤ ਦੇ ਕਾਰਜ ਕਰਨ ਵਾਲਾ, ਅਤੇ ਗੁਰੂ ਨਾਨਕ ਦੇਵ ਜੀ ਦਾ ਆਪਣਾ ਕਾਰਜ, ਉਹਨੇ ਆਪਣਾ ਕਾਰਜ ਆਪ ਹੀ ਸਵਾਰਨਾ ਹੈ। ਅਤੇ ਜਿਹੜੀ ਮੀਂਹ ਦੀ ਕਰਵਟ, ਮੌਸਮ ਨੇ ਕਰਵਟ ਲਿਆ, ਇਹਦੇ ਨਾਲ ਕੋਈ ਜ਼ਿਆਦਾ ਜਿਹੜਾ ਕੋਈ ਫਰਕ ਨਹੀਂ ਪਿਆ, ਕਿਉਂਕਿ ਸੰਗਤਾਂ ਜਿਹੜੀਆਂ ਸਵੇਰ ਦੀਆਂ ਹੀ ਉਹ ਆਵਾਜਾਈ ਅਤੇ ਨਿਰੰਤਰ ਜਿਹੜੀ ਹੈ ਰੋਜ਼ਾਨਾ ਦੀ ਤਰ੍ਹਾਂ, ਨਿੱਤ ਦੀ ਤਰ੍ਹਾਂ ਜਿਹੜੀ ਉਹ ਚੱਲ ਰਹੀ ਹੈ। ਔਰ ਜਿਹੜੀ ਸਾਡੀ ਡੈਕੋਰੇਸ਼ਨ ਹੋ ਰਹੀ, ਇਹਦੇ ਵਿੱਚ ਵੀ ਕੋਈ ਜਿਵੇਂ ਸ਼ੈੱਡ ਦੇ ਥੱਲੇ ਅੰਦਰ ਜਿਹੜੀ ਡੈਕੋਰੇਸ਼ਨ ਹੋ ਰਹੀ ਹੈ, ਇਹਦੇ 'ਤੇ ਵੀ ਮੀਂਹ ਦਾ ਕੋਈ ਏਡਾ ਜ਼ਿਆਦਾ? ਬਿਲਕੁਲ, ਮੈਂ ਇਹੀ ਜਾਣਨਾ ਚਾਹੁੰਦਾ ਕਿ ਤਿਆਰੀਆਂ ਨੂੰ ਲੈ ਕੇ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਤਾਂ ਨਹੀਂ ਦੇਖਣ ਨੂੰ ਮਿਲਿਆ, ਜਾਂ ਇੰਨਾ ਮੀਂਹ ਦਾ ਅਸਰ ਤਾਂ ਨਹੀਂ ਕੋਈ ਦੇਖਣ ਨੂੰ ਮਿਲਿਆ, ਜਾਂ ਕੋਈ ਰੁਕਾਵਟ ਪੈਦਾ ਹੋਈ ਹੋਵੇ? ਨਹੀਂ, ਬਿਲਕੁਲ ਕੋਈ ਰੁਕਾਵਟ ਨਹੀਂ ਪੈਦਾ ਹੋਈ। ਕੋਈ ਜਿਹੜੀਆਂ ਤਿਆਰੀਆਂ ਨੇ ਉਹ ਜਿਹੜੀਆਂ ਗੁਰੂ ਨਾਨਕ ਦੇਵ ਸੰਗਤਾਂ ਨੇ ਜਿਹੜੇ ਤਿਆਰੀ ਕਰ ਰਹੇ ਨੇ, ਉਹ ਬਿਲਕੁਲ ਉਸੇ ਤਰ੍ਹਾਂ ਨਿਰੰਤਰ ਹੀ ਜਿਵੇਂ 15 ਤਰੀਕ ਤੋਂ ਲੈ ਕੇ ਸ਼ੁਰੂ ਕੀਤੀ ਹੈ, ਉਸੇ ਤਰ੍ਹਾਂ ਜਿਹੜੀ ਇਹ ਤਿਆਰੀ ਬਿਲਕੁਲ ਜਿਹੜੀ ਉਹ ਚੱਲ ਰਹੀ ਹੈ। ਮੀਂਹ ਦੀ ਕੋਈ ਇਹਦੇ 'ਤੇ ਅਸਰ ਨਹੀਂ ਤਿਆਰੀ 'ਤੇ। ਸਾਡੀਆਂ ਤਿਆਰੀਆਂ ਜਿਹੜੀਆਂ ਤਕਰੀਬਨ ਇਹ ਮੁਕੰਮਲ ਨੇ, ਜਿਸ ਤਰ੍ਹਾਂ ਕਿ ਜੇ ਕੋਈ ਸੰਗਤ ਆਉਂਦੀ ਬਾਹਰੋਂ, ਰਾਇਸ਼ ਦਾ ਪ੍ਰਬੰਧ, ਲੰਗਰ ਦਾ ਪ੍ਰਬੰਧ ਉਹ ਵੀ ਸੰਗਤਾਂ ਜਿਹੜੀਆਂ ਕਰ ਰਹੀਆਂ, ਅਤੇ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ, ਔਰ ਸਾਡੇ ਚੀਫ ਸੈਕਟਰੀ ਸਰਦਾਰ ਪ੍ਰਤਾਪ ਸਿੰਘ ਜੀ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੰਨੇ ਵੀ ਜੋ ਵੀ ਅੱਗੇ ਜਿਹੜੇ ਨਗਰ ਕੀਰਤਨ ਦੇ ਪ੍ਰਬੰਧ ਹੁੰਦੇ ਨੇ, ਉਹ ਜਿਹੜੇ ਨੇ ਮੁਕੰਮਲ ਜਿਹੜੇ ਸਾਡੇ ਪ੍ਰਬੰਧ ਨੇ ਇੱਥੋਂ ਜਾਣ ਦੇ, ਨਗਰ ਕੀਰਤਨ ਜਿਹੜਾ ਆਪਾਂ ਆਰੰਭ ਕਰਨਾ, ਉਹਦੇ ਜਿਹੜੇ ਪ੍ਰਬੰਧ ਨੇ ਤਕਰੀਬਨ ਸਾਡੇ ਜਿਹੜੇ ਨੇ ਉਹ ਮੁਕੰਮਲ ਹੋ ਗਏ ਨੇ। ਇਹ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ, ਉਹਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ 21 ਤਰੀਕ ਨੂੰ ਸੁਬਾ 6 ਵਜੇ ਗੁਰਦੁਆਰਾ ਬੇਰ ਸਾਹਿਬ ਤੋਂ ਆਰੰਭ ਹੋਏਗਾ, ਔਰ ਇਹ ਪੜਾਅ ਦਰ ਪੜਾਅ ਹੁੰਦਾ ਆ, ਜਿਵੇਂ ਤਲਵੰਡੀ ਚੌਧਰੀਆਂ ਉੱਚਾ, ਉੱਚੇ ਤੋਂ ਢਿਲਵਾਂ, ਢਿਲਵਾਂ ਤੋਂ ਬਿਆਸ, ਬਿਆਸ ਤੋਂ ਬਾਬਾ ਬਕਾਲਾ ਸਾਹਿਬ, ਮਹਿਤਾ ਸਾਹਿਬ, ਔਰ ਸ਼ਾਮ ਨੂੰ ਇਹ ਜਿਹੜਾ ਹੈ ਇਹਦੀ ਸਮਾਪਤੀ ਜਿਹੜੀ ਹੈ ਉਹ ਗੁਰਦੁਆਰਾ ਸੱਤ ਕਰਤਾਰੀਆ ਬਟਾਲੇ ਵਿਖੇ ਜਿਹੜੀ ਉਹ ਹੋਵੇਗੀ। ਔਰ ਮੈਂ ਸਾਹਿਬ, ਜਿਸ ਤਰ੍ਹਾਂ SGPC ਹਰ ਵਾਰ ਕਿਤੇ ਨਾ ਕਿਤੇ ਆਪਣਾ ਵੱਡਾ ਮੁੱਲਾ ਯੋਗਦਾਨ ਪਾਉਂਦੀ ਹੈ, ਅਜਿਹੇ ਜੋ ਸਮਾਗਮ ਰਚਾਏ ਜਾਂਦੇ ਨੇ, ਜਾਂ ਇਸ ਵਾਰ ਦੇਖਿਆ ਜਾਵੇ ਜੋ ਵਿਆਹ ਪੁਰਬ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਜੋ ਸਮਰਪਿਤ ਹੈ, ਆਪਾਂ ਕਹਿ ਸਕਦੇ ਹਾਂ ਕਿ ਇਸ ਵਾਰੀ ਕੀ ਵੱਖਰਾ ਦੇਖਣ ਨੂੰ ਮਿਲੇਗਾ ਜੇਕਰ ਪਿਛਲੇ ਸਾਲ ਦੀ ਮੈਂ ਗੱਲ ਕਰਾਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ, ਇਹ ਜਿਹੜੇ ਵੱਡੇ ਵੱਡੇ ਜਿਵੇਂ ਧਾਰਮਿਕ ਸਥਾਨ ਨੇ ਇਹਨਾਂ ਨੂੰ ਸੰਭਾਲਣ ਲਈ ਜਿਹੜੀ ਇਹਦੀ ਹੈ 1920 'ਚ ਸਥਾਪਨਾ ਕੀਤੀ ਗਈ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਹੈ ਕਿ ਜਿੰਨੇ ਵੀ ਸਾਡੇ ਗੁਰਧਾਮ ਨੇ ਜਾਂ ਗੁਰੂਆਂ ਦੇ ਗੁਰਪੁਰਬ ਬਣੇ ਜਾਂ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਨੇ, ਜਿਵੇਂ ਗੁਰੂ ਨਾਨਕ ਦੇਵ ਜੀ ਦਾ, ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਹੈ, ਇਹ ਜਿਹੜੇ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਮਨਾਉਣੇ ਨੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਹੈ ਵੀ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਮਨਾਇਆ ਜਾਵੇ ਵੱਡੇ ਪੱਧਰ 'ਤੇ। ਔਰ ਨਗਰ ਕੀਰਤਨ ਦੇ ਵਿੱਚ ਇਸ ਵਾਰੀ ਜਿਹੜਾ ਅਸੀਂ ਉਹ 2-3 ਚੈਨਲਾਂ 'ਤੇ ਜਿਵੇਂ ਉਹ ਲਾਈਵ ਕਰ ਰਹੇ ਹਾਂ। ਦਰਬਾਰ ਸਾਹਿਬ 'ਚ ਬੜੀ ਸੁੰਦਰ ਸਜਾਵਟ ਕੀਤੀ, ਬੜੇ ਸੋਹਣੇ ਫੁੱਲਾਂ ਦੇ ਨਾਲ। ਪਿਛਲੀ ਵਾਰ ਵੀ ਕਾਫੀ ਇਸੇ ਤਰ੍ਹਾਂ ਦੇ ਨਾਲ ਜਿਹੜੇ ਫੁੱਲ ਦੇਸ਼ਾਂ ਵਿਦੇਸ਼ਾਂ ਤੋਂ ਉਸ ਵੇਲੇ ਵੀ ਮੰਗਵਾਏ ਗਏ ਸੀ, ਕਿ ਇਸ ਵਾਰ ਵੀ ਅਜਿਹਾ ਹੀ ਹੋਇਆ ਕਿ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਫੁੱਲ ਮੰਗਵਾਏ ਗਏ ਨੇ ਔਰ ਸਜਾਵਟ ਕੀਤੀ ਗਈ ਹੈ? ਹਾਂਜੀ, ਇਸ ਵਾਰੀ ਵੀ ਜਿਹੜੇ ਇਹ ਫੁੱਲ ਨੇ ਜਿਵੇਂ ਵੱਖ ਵੱਖ ਸ਼ਹਿਰਾਂ ਤੋਂ, ਬੰਬੇ ਤੋਂ, ਦਿੱਲੀ ਤੋਂ, ਲੁਧਿਆਣੇ ਤੋਂ, ਚੰਡੀਗੜ੍ਹ ਤੋਂ, ਜਾਂ ਜਿਵੇਂ ਕੁਛ ਫੁੱਲ ਜਿਹੜੇ ਇਹਨਾਂ ਨੇ ਨਿਊਜ਼ੀਲੈਂਡ ਤੋਂ ਮੰਗਵਾਏ ਨੇ ਉਹ ਵੀ ਵਿੱਚ ਜਿਹੜੇ ਉਹ ਲਾਏ ਗਏ ਨੇ। ਬਾਕੀ ਇਹ ਜਿਹੜੀ ਸੰਗਤ ਨੇ ਕੁਛ ਆਪਣੇ ਆਪਦੇ ਇਹ ਪੈਦਾਵਾਰ ਵੀ ਕਰਦੇ ਨੇ ਉਹਨਾਂ ਦੀ ਫੁੱਲਾਂ ਦੀ, ਜਿਵੇਂ ਗੈਂਦੇ ਦੀ ਕਰਦੇ ਨੇ, ਗੁਲਾਬ ਦੇ ਫੁੱਲਾਂ ਦੀ ਕਰਦੇ ਨੇ, ਉਹ ਜਿਹੜੀ ਉਹ ਵੀ ਵਿੱਚ ਜਿਹੜੇ ਨੇ ਵੱਡੇ ਪੱਧਰ 'ਤੇ ਇਹਨਾਂ ਨੇ ਆਪਣੇ ਵੀ ਲਾਏ ਨੇ, ਔਰ ਜਿਹੜੇ ਬਾਹਰੋਂ ਵੀ ਦੇਸ਼ਾਂ ਵਿਦੇਸ਼ਾਂ ਤੋਂ ਜਾਂ ਬਾਹਰੀ ਸ਼ਹਿਰਾਂ ਤੋਂ ਜਿਹੜੇ ਮੰਗਵਾ ਕੇ ਨੇ ਉਹ ਵੀ ਫੁੱਲ ਜਿਹੜੇ ਨੇ ਉਹ ਲਗਾਏ ਨੇ। ਲਗਭਗ ਕਿੰਨੇ ਕੁ ਦੀ ਲਾਗਤ ਦੇ ਨਾਲ ਜਿਹੜੇ ਫੁੱਲ ਇਸ ਵਾਰ ਲਗਾਏ ਗਏ ਨੇ? ਇਹ ਗੁਰੂ ਨਾਨਕ ਲਾਮ ਲੇਵਾ ਸੰਗਤਾਂ ਜਿਹੜੀਆਂ ਉਹ ਇਹਦੀ ਸੇਵਾ ਕਰ ਰਹੀਆਂ ਨੇ, ਅਤੇ ਅਸੀਂ ਉਹਨਾਂ ਨੂੰ ਕਦੀ, ਵੇਖੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਸੀਂ ਕਦੀ ਕੀਮਤ ਨਹੀਂ ਪੁੱਛੀ ਵੀ ਤੁਸੀਂ ਕਿੰਨੇ ਦੇ ਲਾਉਣ ਲੱਗੇ ਜੀ, ਉਹ ਸਾਡੇ ਵੱਲੋਂ 1 ਲੱਖ ਦੇ ਲਾ ਦੇਣ, ਸਾਡੇ ਵੱਲੋਂ 10 ਦੇ ਲਾ ਦੇਣ। ਵੇਖੋ ਤੁਸੀਂ ਵੇਖੋ ਵੀ ਕਿੰਨੀ ਸੁੰਦਰ ਜਿਹੜੀ ਇਹ ਸਜਾਵਟ ਹੋਈ ਹੈ, ਆਖਿਰਕਾਰ ਤਾਂ ਇਹ ਪੈਸਿਆਂ ਨਾਲ ਹੀ ਹੋਣੀ, ਅਤੇ ਅਸੀਂ ਉਹ ਸਾਡੇ ਸਤਿਕਾਰਯੋਗ ਨੇ ਕਿਉਂਕਿ ਗੁਰੂ ਘਰ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਸੰਗਤ ਦੇ ਸਹਿਯੋਗ ਨਾਲ ਚੱਲਦੀਆਂ, ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜੀ ਹੈ ਵੀ ਇਹਨਾਂ ਦੀ ਕੀਮਤ ਨਾ ਕਦੀ ਪੁੱਛੀਏ ਅਤੇ ਨਾ ਪੁੱਛਣ। ਸੋ ਧੰਨਵਾਦ ਮੈਂ ਸਰ। ਸੋ ਇਹ ਸਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਬੂਲੇ, ਜਿਨ੍ਹਾਂ ਨੇ ਪੂਰੀ ਪੁਖਤਾ ਤੌਰ 'ਤੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸ ਵਿਆਹ ਪੂਰਬ ਦੇ ਸੰਬੰਧੀ ਜਿਹੜੀਆਂ ਤਿਆਰੀਆਂ ਉਹਨਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਨੇ, ਔਰ ਉਡੀਕ ਰਹੇਗੀ ਉਸ ਸਮੇਂ ਦੀ, ਉਸ ਦਿਨ ਦੀ, ਅਤੇ ਜਿਸ ਦਿਨ ਗੁਰੂ ਸਾਹਿਬਾਨ ਦਾ ਵਿਆਹ ਪੂਰਬ ਦਾ ਇਹ ਸਮਾਗਮ ਜਿਹੜਾ ਰਚਾਇਆ ਜਾਵੇਗਾ। ਔਰ ਸੰਗਤਾਂ ਨੂੰ ਉਹਨਾਂ ਨੇ ਖਾਸ ਤੌਰ 'ਤੇ ਅਪੀਲ ਕੀਤੀ ਹੈ
चाहे वह देशों विदेशों तो ने ज स्थानक संगत ने उन्होंने खास तौर पर अपील की है कि इस विआह पुरब के अपना वडमुला योगदान पाउण अते गुरु साहिबान का आशीर्वाद नूं ओ प्राप्त करन। कैमरा परसन वरुण शर्मा दे नाल चंद्रमड़िया जगबाणी टीवी सुल्तानपुर लोधी।